ਸੁਰਿੰਦਰ ਸ਼ਿੰਦਾ ਜਿਨ੍ਹਾਂ ਨੇ 뮤직 ਦੀ ਦੁਨੀਆ ਦੇ ਵਿੱਚ ਕਾਫੀ ਜ਼ਿਆਦਾ ਨਾਮ ਕਮਾਇਆ। ਔਰ ਸਿਆਣੇ ਕਹਿੰਦੇ ਆ ਕਿ ਨਾਮ ਕਮਾਉਣ ਵਾਸਤੇ ਪੂਰੀ ਜ਼ਿੰਦਗੀ ਲੱਗ ਜਾਂਦੀ ਹੈ ਅਤੇ ਨਾਮ ਗਵਾਉਣ ਦੇ ਲਈ ਸਿਰਫ ਇੱਕ ਲਮਹਾ ਹੀ ਕਾਫੀ ਹੈ, ਅਤੇ ਇਹ ਲਮਹਾ ਸ਼ਾਇਦ ਆਇਆ ਸੁਰਿੰਦਰ ਸ਼ਿੰਦਾ ਦੇ ਜ਼ਿੰਦਗੀ ਦੇ ਵਿੱਚ, ਕਿਉਂਕਿ ਇੱਕ ਮਹਿਲਾ ਨੇ ਲਗਾਏ ਨੇ ਸੁਰਿੰਦਰ ਸ਼ਿੰਦਾ ਦੀ ਬੇਟੀ ਤੇ ਚੋਰੀ ਦੇ ਆਰੋਪ। ਮਿਲੀ ਜਾਣਕਾਰੀ ਦੇ ਅਨੁਸਾਰ ਲੁਧਿਆਣਾ ਦੇ ਥਾਣਾ ਮੋਤੀ ਨਗਰ ਦੇ ਵਿੱਚ ਸੈਕਟਰ 39 ਦੀ ਰਹਿਣ ਵਾਲੀ ਮਹਿਲਾ ਨੇ ਲਗਾਏ ਨੇ ਗੰਭੀਰ ਆਰੋਪ ਕਿ ਸੁਰਿੰਦਰ ਸ਼ਿੰਦਾ ਦੀ ਬੇਟੀ ਮੁਸਕਾਨ ਉਰਫ ਨੀਨੂ ਸ਼ਿੰਦੇ ਨੇ ਉਸ ਮਹਿਲਾ ਨੂੰ ਨਸ਼ੀਲੇ ਪਦਾਰਥ ਖਵਾ ਕੇ ਉਸਦੇ ਘਰੋਂ ਲੁੱਟਮਾਰ ਕਰ ਲਈ ਹੈ। ਸ਼ਿਕਾਇਤਕਰਤਾ ਪ੍ਰੀਤੀ ਸ਼ਰਾਫ ਪਤਨੀ ਸਚਿਨ ਸ਼ਰਾਫ ਨੇ ਦੱਸਿਆ ਕਿ 28 ਸਤੰਬਰ ਨੂੰ ਨੀਨੂ ਸ਼ਿੰਦੇ ਨੇ ਕਿਹਾ ਕਿ ਉਸਦੀ ਬੇਟੀ ਪ੍ਰੀਤੀ ਆਂਟੀ ਦੇ ਨਾਲ ਮਿਲਣਾ ਚਾਹੁੰਦੀ ਹੈ ਅਤੇ ਜਦ ਪ੍ਰੀਤੀ ਦੇ ਘਰ ਆਈ ਨੀਨੂ ਸ਼ਿੰਦੇ ਉਰਫ ਮੁਸਕਾਨ ਤੇ ਉਸਨੇ ਕਥਿਤ ਰੂਪ ਤੇ ਕੁਝ ਨਸ਼ੀਲੇ ਪਦਾਰਥ ਖਵਾ ਕੇ ਘਰ ਦੇ ਵਿੱਚੋਂ ਸੋਨੇ ਦੇ ਜੇਵਰਾਤ ਅਤੇ ਲਾਲ ਰੰਗ ਦੀ ਇੱਕ ਡਰੈਸ ਚੋਰੀ ਕਰ ਲਈ ਹੈ। ਔਰ ਉੱਥੇ ਹੀ ਦੂਜੇ ਪਾਸੇ ਜਦ ਸੁਰਿੰਦਰ ਸ਼ਿੰਦਾ ਨੂੰ ਇਸ ਗੱਲ ਦੇ ਬਾਰੇ ਕੰਨੋ ਕੰਨੀ ਖਬਰ ਹੋਈ ਤੇ ਉਹਨਾਂ ਨੇ ਇਸ ਮਾਮਲੇ ਦਾ ਖੰਡਨ ਕੀਤਾ ਹੈ ਕਿ ਇਹ ਖਬਰ ਸਰਾਸਰ ਝੂਠੀ ਹੈ, ਅਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਉਸ ਮਹਿਲਾ ਨੇ ਮੇਰੀ ਬੇਟੀ ਤੋਂ ਉਧਾਰ ਪੈਸੇ ਮੰਗੇ ਸੀਗੇ ਔਰ ਜਦ ਪੈਸੇ ਤੋਂ ਮਨਾ ਕਰ ਦਿੱਤਾ ਗਿਆ ਤਾਂ ਫਿਰ ਇਸ ਸਾਜ਼ਿਸ਼ ਨੂੰ ਰਚਿਆ ਗਿਆ। ਸੁਰਿੰਦਰ ਸ਼ਿੰਦਾ ਨੇ ਕਿਹਾ ਕਿ ਉਹਨਾਂ ਦੇ ਪਰਿਵਾਰ ਅਤੇ ਬੇਟੀ ਨੂੰ ਜੋ ਬਦਨਾਮ ਕਰਨ ਦਾ ਪ੍ਰਯਾਸ ਕੀਤਾ ਗਿਆ ਇਸ ਨੂੰ ਕਿਸੇ ਵੀ ਹਾਲ ਦੇ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਫਿਲਹਾਲ ਇਹ ਮਾਮਲਾ ਅੱਗੇ ਜਾ ਕੇ ਕੀ ਮੋੜ ਲੈਂਦਾ ਇਹ ਤਾਂ ਵਕਤ ਹੀ ਦੱਸੂਗਾ।